医薬のもとに صدات اللذین ملا میرے بھائیاں دی صفیہ دا وچھائی قبول فرما کوشش کرو سارے آمین دے شامل ہو دعا قبول ہو سی کریم اللہ میرے بھائیاں دا خرچہ اخراجات نظر نیاز بمائے پانی اپنے پاک دربار وچ قبول فرما جتنے عزادار سنی شیعہ بھائی گھراں دا آرام چھڑ کے انہاں بیبیاں نوں مکان دے ونائیں جنہاں ترائے دے اجا تائیں سوتیاں نہیں یہ تو سدھی کول پوچھنا جن کا عید تو پہلے پیو مر ونے وہ دھیاں عید کیویں کریں گی سینی کو مکان دے ونا میرا مالک اللہ انہاں دا ایک قدم ہزار نیکیاں شمار جتنے بھی اولاد بیٹھنا اے دن دا صدقہ اولاد نرینا عطا فرما جتنے بیمار ان مالک شفائے کلی عطا فرما جتنے ذکر پاک وچ ہتھ بلاندے نے لوگوں اُتھ تائیں موت نہ دیویں جتھ تائیں بھین بھرا دی زواری نصیب نہ ہو مالک اللہ ساڈے حقیقی وارث کا جل ظہور فرما اس قابل بنا جو اساں بارہویں امام دی زیارت کر لیں بارہویں آقا دی آمد و سلامتی واسطے اپنی اپنی نیک دعائیں دی قبولیت واسطے ایڈی اچھی صلوات پڑھو دعائیں قبول ہو جاویں اللہم صلی اللہ کافی صاحبان بیٹھو سارے بلند صلوات تلاوت فرماؤ اعوذ باللہ من الشیطان الرجیم بسم اللہ الرحمن الرحیم الحمدللہ رب العالمین الصلاۃ والسلام علی من کان نبیاں و آدم بین الماء والتین بلند صلوات و خاتم النبیین و ما ارسلناک الا صلوات سیدنا شفیعنا ابل قاسم محمد محمد مصطفی اشرف الانبیاء والمرسلین چی صلوات علم الاولین والآخرین صلوات والا سیدہ دل جیڑے رومن آئے ہو جلیلہ دل مخدوم محروم دل صلوات بی بی دی عظمت کی اچھی آواز پردہ پیا ہو قتل پیو ہوے قتل پیو
ਆਪਣੇ ਬੰਦੇ ਹਾਇ ਕੀਤੀ ਵੱਧ ਸੁਣ ਇਹਨੂੰ ਸਮਝ ਆਵੇ ਬੰਦਾ ਹਾਇ ਕਰੇਗਾ ਜਿੱਥੇ ਆਏ ਬੈਠੋ ਇਹ ਆਮ ਜਾ ਨਹੀਂ ਇਮਾਮ ਦਾ ਜਨਾਜ਼ਾ ਤਿਆਰ ਹੈ ਮੇਰੇ ਵਤਨ ਵਾਲੋ ਮੇਰਾ ਪਹਿਲਾ ਸਵਾਲ ਹੈ ਅੱਜ ਸ਼ਾਹ ਜੀ ਮੈਂ ਸਵਾਲ ਕਰੇ ਨਾ ਕੋਈ ਇੱਕ ਮਈਤ ਲਿਖਾਓ ਜਿਹਨੇ ਤੇ ਇਤਨੀ ਮਖਲੂਕ ਹੋਵੇ ਤੇ ਰੋਣ ਵਾਲਾ ਕੋਈ ਨਾ ਕੋਈ ਗਰੀਬ ਮਈਤ ਹੈ ਤਾਂ ਅਮੀਰ ਦਾ ਮਈਤ ਹੈ ਮੈਂ ਬਿਸਮਿਲਾ ਕਰਾਂ ਸੈਂ ਰਾਜ਼ੀ ਹੋਵੀ ਕੋਈ ਇੱਕ ਮਈਤ ਲਿਖਾ ਜਿਹਨੇ ਤੇ ਇਤਨੀ ਮਖਲੂਕ ਹੋਵੇ ਤੇ ਰੋਣ ਵਾਲਾ ਕੋਈ ਨਾ ਹੋਵੇ ਤਾਂ ਉਹ ਜਾਏ ਜਿੱਥੇ 72 ਜਨਾਜ਼ਾ ਜਾਏ ਦਫਨਾਵਣ ਆਇਓ ਸ਼ਾਮ ਟੁਰ ਗਈ ਭਲਾ ਹੋ ਗਈ ਜਾਏ ਦਫਨਾਵਣ ਆਏ ਉਹ ਸ਼ਾਮ ਟੁਰ ਗਈਆਂ ਮੈਂ ਪਿਆਦਾ ਹੋਵੇ ਕਤਾਲ ਪਿਓ ਮਾ ਜਿੰਦਾ ਈਦ ਤੋਂ ਪਹਿਲੇ ਨਹੀਂ ਕਰਦੀ ਦੌਲਾ ਦੇ ਬਹੁਤੇ ਸਾਰੇ ਰੋਂਦੇ ਨਾ ਘਰ ਦੇ ਵਿੱਚ ਮਖਦੂਲ ਨੂੰ ਕਰਕੇ ਯਾਦ ਬਹੁਤੇ ਸਾਰੇ ਰੋਂਦੇ ਕਿਉਂ ਆਏ ਬੈਠਿਆ ਇਸ ਜਾਤੇ ਧੀਆਂ ਭੈਣਾਂ ਰਲਾ ਕੇ ਇੱਕੋ ਅਰਮਾਨ ਖਾ ਗਿਆ ਆਦਾ ਪਿਆ ਕੁਰਬਾਨ ਅਲੀ ਦੀਆਂ ਆ ਧੀਆਂ ਤੋਂ ਹੋਇਆ ਕੂਫੇ ਵਾਜ ਬਰਬਾਦ ਉਹ ਤਾਰੀਖ ਪੜੋ ਹਰ ਈਦ ਉਤੇ ਹੋਇਆ ਮਾਤਮ ਘਰ ਜ਼ਹਾ ਭਲਾ ਹੋਵੇ ਨਾ ਕਰਾ ਬਾਬਾ ਭਲਾ ਕਰਾ ਥਕਦਾ ਪਿਆ ਜਿਹੜੇ ਮਾਤਮ ਕਰਨ ਆਏ ਬੈਠੋ ਅਲੀ ਦੀਆਂ ਦੀਆਂ ਰਾਜ਼ੀ ਨੇ ਮੈਂ ਬਿਸਮਿਲਾ ਕਰਾਂ ਹੋਵੇ ਕਤਾਲ ਪਿਓ ਆ ਜਾਂਦਾ ਈਦ ਤੋਂ ਪਹਿਲੇ ਨੀਓ ਕਰਦੀ ਦੌਲਾ ਦੇ ਬਹੁਤੇ ਸਾਰੇ ਰੋਂਦੇ ਘਰ ਦੇ ਵਿੱਚ ਮਖਦੂਲ ਨੂੰ ਕਰਕੇ ਯਾਦ ਆਦਾ ਪਿਆ ਕੁਰਬਾਨ ਪੜੋ ਹਰ ਈਦ ਉਤੇ ਹੋਇਆ ਮਾਤਮ ਘਰ ਲਹਰਾ ਤੇ ਅੱਛਾ ਸੋਹਣੀ ਹਾਇ ਕੀਤੀ ਦਿਲ ਜਾਂਦਾ ਇੱਕ ਵੈਣ ਹੋਰ ਜਪਣਾ ਅੱਗੇ ਚਾਚੇ ਰੀ ਵੈਣ ਟੱਪੜਦੇ ਹਨ ਜਿਹੜੇ ਪਿਓ ਕੋ ਟੁਰੀਆਂ ਨਾ ਦੇ ਗੁਜ਼ਰੇ ਕਿਵੇਂ ਈਦ ਕਰਨ ਉਠੀਆਂ ਆਦੀਏ ਫਿਜ਼ਾ ਈਦ ਦੇ ਦੀ ਘੂਮੜੀਆਂ ਸੈਣੀ ਆਸ਼ਕਾ ਕਰ ਗਈਆਂ ਮੰਦਰ ਕਿਹੜਾ ਬਣੇ ਹੋਏ ਮੈਂ ਪਿਆਦਾ ਟੁਰਾ ਹਸਨ ਜਾਈਦ ਵਾ ਪੜਾਵਣ ਕਿਤੇ ਭੈਣੀ ਵੀਰ ਦੇ ਗੱਲ ਲੱਗ ਗਈਆਂ ਜੇ ਤਾਈ ਨਹੀਂ ਵੱਲੇ ਵੀਰ ਬਣੀ ਦੇ ਬੀਬੀਆਂ ਦਰ ਤੇ ਖੜੀਆਂ ਕਦੀ ਤਾਂ ਇਹਨਾਂ ਦਾ ਵਸਣ ਸੁਣ ਕਰੋ ਨਾ ਕਰ ਮੇਰੀ ਧਰਤੀ ਦਾ ਪਸੰਦ ਕਰੇਂਦੀ ਚਲੋ ਦੋ ਜੁਮਲੇ ਵਸਦੇ ਵੇਲੇ ਦੇ ਵਸਦੇ ਆਣ ਸਜਾਗ ਤੂੰ ਸੋਹਣੇ ਦੇਖੋ ਨਾ ਬੰਦਾ ਧੀਆਂ ਹਰ ਬੂਹੇ ਤੇ ਨਹੀਂ ਲੈ ਵੈਂਦਾ ਧੀਆਂ ਬੰਦਾ ਉਥਾਂ ਲੈ ਵੈਂਦਾ ਜਿੱਥੇ ਚਾਚਾ ਨਿਭਰੀ ਨਾ ਹੋਵੇ ਜਿਹੜੇ ਬੰਦੇ ਧੀਆਂ ਲੈ ਕੇ ਬੈਠੋ ਅਲੀ ਦੀਆਂ ਧੀਆਂ ਦੀ ਯਤੀਮੀ ਦੀ ਮਜਲੇ ਸੁਣਨ ਤੁਹਾਨੂੰ ਹਰ ਕਹਿਣ ਡਿੱਠੋ ਸੀ ਸੁਬਾਹ ਲੈ ਜਾਂ ਤੁਹਾਨੂੰ ਡਿੱਠੋ ਸੀ ਨਾ ਉਸ ਆਖਿਆ ਜ਼ਰੂਰ ਉਹ ਸੀ ਜਿਹੜਾ ਧੀ ਲਈ ਵੈਂਦਾ ਇਹਦੀ ਹੁਸੈਨ ਤੂੰ ਕਦਾਂ ਨਿਭਦੀ ਕੋਸ਼ਿਸ਼ ਕੀਤੀ ਕਰ ਆਇਆ ਕਰ ਜਨਾਜ਼ੇ ਤੇ ਵੱਤ ਰੁੰਨਾ ਕਰ ਅੱਜ ਦੀ ਮਹਿਮਾਨ ਅਲੀ ਦੀ ਧੀ ਇਹ ਤੇਰਾ ਆਂਸੂ ਜਿਹੜਾ ਨਿਕਲਦਾ ਹੈ ਨਾ ਬੜਾ ਕੀਮਤੀ ਇਸ ਆਂਸੂ ਦੀ ਬੜੀ ਜ਼ਰੂਰਤ ਹੈ ਬਤੂਲ ਜਦੋਂ ਤੂੰ ਰੋਣਾ ਹੈ ਹਰ ਅਜ਼ਾਦਾਰ ਦੀ ਹੰਜ ਲੈ ਕੇ ਕਰਬਲਾ ਵੈਂਦੀ ਤੇ ਰੋ ਕਹਿੰਦੀ ਉੱਠੀ ਹੁਸੈਨ ਮੈਂ ਤੇਰੇ ਜ਼ਖਮਾਂ ਦਾ ਇਲਾਜ ਲਾਇਆ ਮੈਂ ਬਿਸਮਿਲਾ ਕਰਾਂ ਸਹਿਣ ਰਾਜ਼ੀ ਹੋਈ ਵਸਦੇ ਹਾਂ ਫੌਜੀ ਸਾਹਿਬ ਤੇ ਇੰਜ ਵਸਦੇ ਹਾਂ ਜੰਨਤ ਦੇ ਕੱਪੜੇ ਪੈਂਦੇ ਆ ਨਸਨਾ ਰੋਂਦੀ ਕਿਹੜੀ ਗੱਲ ਹੈ 1400 ਸਾਲ ਹੋ ਗਏ ਹੁਣ ਤਾਈ ਵਧੇ ਰੋਂਦੇ ਆ ਇੱਕੋ ਅਰਮਾਨ ਖਾ ਗਿਆ ਵਸਦੇ ਆ ਤਾਂ ਜੰਨਤ ਦੇ ਕੱਪੜੇ
ਤੇ ਜਦੋਂ ਭੈਣ ਭਰਾ ਨੂੰ ਚਾਚਾ ਲੁੱਟ ਪਈਏ ਲੋਟੀ ਇੰਜ ਦੀ ਪਈਏ ਭੈਣ ਦੀ ਚਾਦਰ ਕਾਈ ਨਹੀਂ ਵਿਰਾਹ ਦਾ ਕਫਨ ਕੋਈ ਨਹੀਂ ਸੱਤਰ ਕਦਮ ਤੇ ਰੋ ਕੇ ਆਦੀ ਅੱਜ ਕਫਨ ਹੋਵਿਆ ਮੈਂ ਤੈਨੂੰ ਚਾਦਰ ਹੋਵਿਆ ਤੈਨੂੰ ਸੋਹਣਾ ਈਦ ਰੋਜ਼ ਜੰਨਤ ਦੇ ਕੱਪੜੇ ਦੋਵੇਂ ਵਿਰਾਹ ਪਾ ਕੇ ਨਾਨੇ ਦੇ ਕੋਲ ਆਏ ਅਕਲ ਮਾਰ ਕੇ ਆਦੇ ਨਾਨਾ ਉਹ ਮੇਰਾ ਨਬੀਆਂ ਦਾ ਸੁਲਤਾਨ ਨਾਨਾ ਨਾਨਾ ਈਦ ਮੁਬਾਰਕ ਖੈਰ ਮੁਬਾਰਕ ਹੁਸੈਨਾ ਦਾ ਨਾਨਾ ਮੈਂ ਤੇਰਾ ਹੁਸੈਨ ਆ ਵੇਦਾ ਨਹੀਂ ਪਿਆ ਹਰ ਕਹਿਣ ਦੇ ਬਾਲਾਂ ਦੀਆਂ ਸਵਾਰੀਆਂ ਤੇਰੇ ਹੁਸੈਨ ਦੀ ਸਵਾਰੀ ਕਾਈ ਨਹੀਂ ਹੁਸੈਨ ਪਰੇਸ਼ਾਨ ਹੋਏ ਪਰੇਸ਼ਾਨ ਚਿਹਰਾ ਵੇਖ ਕੇ ਨਬੀ ਰਹਿ ਨਹੀਂ ਸਕਿਆ ਹੱਕਲ ਮਾਰ ਕੇ ਆਦਾ ਹੁਸੈਨ ਘਬਰਾ ਨਹੀਂ ਆਖੀ ਤਖ਼ਤ ਤੇ ਸਲਮਾਨ ਮੰਗਵਾ ਦੇਵਾਂ ਸ਼ਾਬਾਸ਼ ਸ਼ਾਬਾਸ਼ ਮੈਂ ਪਹਿਲੇ ਆਖਿਆ ਮੈਂ ਅਦਬ ਪੜ੍ਹਨਾ ਹੈ ਜ਼ਰਬਾਂ ਨਹੀਂ ਪੜ੍ਹਨੀਆਂ ਨਾ ਮੈਂ ਬਾਜ਼ਾਰ ਦਰਬਾਰ ਪੜ੍ਹਨਾ ਹੈ ਨਾਨੇ ਤੇ ਦੋਤਰੇ ਦੀ ਮੁਹੱਬਤ ਦੱਸਣੀ ਹੈ ਜੋ ਨਾਨੇ ਨੂੰ ਦੋਤਰੇ ਨਾਲ ਮੁਹੱਬਤ ਕਿਤਨੀ ਆਈ ਆਖੇ ਤਖ਼ਤ ਸਲਮਾਨ ਮੰਗਵਾ ਦੇਵਾਂ ਹੁਸੈਨ ਨਾਨੇ ਦਾ ਚਿਹਰਾ ਵੇਖ ਕੇ ਨਾ ਤੇ ਰੋ ਕੇ ਆਦੇ ਨਾਨਾ ਤਖ਼ਤ ਸਲਮਾਨ ਤੇ ਸਲਮਾਨ ਸਵਾਰੀ ਕੀਤੀ ਆਈ ਤੇ ਮੈਂ ਹੁਸੈਨ ਹਾਂ ਤਖ਼ਤ ਸਲਮਾਨ ਤੇ ਸਲਮਾਨ ਸਵਾਰੀ ਕੀਤੀ ਨਾਨਾ ਮੈਨੂੰ ਉਸ ਸਵਾਰੀ ਦੀ ਜ਼ਰੂਰਤ ਹੈ ਜਿਹੜੀ ਨਬੀਆਂ ਨੂੰ ਨਸੀਬ ਨਾ ਹੋਵੇ ਜਦੋਂ ਹੁਸੈਨ ਨੇ ਗੱਲ ਕੀਤੀ ਨਾ ਫੌਜੀ ਸਾਹਿਬ ਨਬੀਆਂ ਦੇ ਸੁਲਤਾਨ ਨੇ ਝੁਕਣਾ ਸ਼ੁਰੂ ਕੀਤਾ ਹੈ ਦੋਵਾਂ ਪੁੱਤਰਾਂ ਨੂੰ ਮੋਢਿਆਂ ਤੇ ਸਵਾਰ ਹਸਨ ਨੂੰ ਸੱਜੇ ਮੋਢੇ ਤੇ ਹੁਸੈਨ ਨੂੰ ਖੱਬੇ ਮੋਢੇ ਤੇ ਆਪ ਸਵਾਰੀ ਬਣਿਆ ਹੈ ਦੋ ਜਾਂ ਤਰੇ ਕਦਮ ਚਾਇਸ ਜਾਂ ਹੁਸੈਨ ਵੱਧ ਰੁਨਾ ਹੈ ਨਬੀਆਂ ਦਾ ਸੁਲਤਾਨ ਪੁੱਛਿਆ ਹੁਸੈਨ ਹੁਣ ਕਿਉਂ ਰੋਣਾ ਹੈ ਰੋ ਕੇ ਨਾਨਾ ਵੇਦਾ ਨਹੀਂ ਪਿਆ ਹਰ ਕਹਿਣ ਦੀ ਸਵਾਰੀ ਦੀ ਮਹਾਰ ਹੈ ਨਾਨਾ ਮੇਰੀ ਸਵਾਰੀ ਦੀ ਮਹਾਰ ਕਹਿ ਨਹੀਂ ਤੂੰ ਹਾਏ ਨਹੀਂ ਕੀਤੀ ਨਬੀਆਂ ਦੇ ਸੁਲਤਾਨ ਉਹ ਜ਼ੁਲਫਾਂ ਹੁਸੈਨ ਦੇ ਹੱਥੇ ਦਿੱਤੀਆਂ ਜਾਂਦੀਆਂ ਅੱਲਾ ਕਸਮਾਂ ਚ ਸ਼ਾਬਾਸ਼ ਬਈ ਸ਼ਾਬਾਸ਼ ਮਿਜ਼ਾਜ ਮਿਲਾ ਥੋੜਾ ਜਿਹਾ ਜਾਂਦੀਆਂ ਕੁਰਾਨ ਚ ਅੱਲਾ ਕਸਮਾਂ ਚ ਆਈਆਂ ਹੁਸੈਨ ਦੇ ਹੱਥੇ ਦਿੱਤੀਆਂ ਆਦਾ ਹੁਸੈਨ ਤੂੰ ਨਾ ਰੋ ਤੂੰ ਜਿਹਦੇ ਮੁੜੇ ਸੇ ਮੈਂ ਮੁੜਦਾ ਵੈਸਾ ਮੈਂ ਕੱਲਾ ਨਹੀਂ ਮੇਰੀ ਰਿਸਾਲਤ ਨਾਲ ਮੁੜਦੀ ਵੈਸੀ ਨਵਾਸਿਆਂ ਨੂੰ ਚਾਹ ਕੇ ਮਦੀਨੇ ਦੀਆਂ ਗਲੀਆਂ ਤੁਰਦਾ ਵਧਾ ਵਤਨ ਵਾਲਿਓ ਤੇ ਮਦੀਨੇ ਵਾਲਿਆਂ ਨੂੰ ਆਦਾ ਵਧਾ ਖਿਆਲ ਕਰਿਆ ਹੈ ਮੇਰੇ ਸੱਜੇ ਮੋਢੇ ਤੇ ਹਸਨ ਹੈ ਮੇਰੇ ਖੱਬੇ ਮੋਢੇ ਤੇ ਹੁਸੈਨ ਹੈ ਮੱਥਾ ਕੱਲ ਮੈਂ ਤੁਰ ਵੰਨਾ ਤੇ ਮੇਰੇ ਬਾਲ ਮਿੱਟੀਆਂ ਚ ਨਾ ਰੁਲ ਜਾਣ ਇਹ ਮੰਜ਼ਰ ਕਹਿ ਡਿੱਠੇ ਹਬਸ਼ ਦੀ ਮਲਕਾ ਤੇਰੀ ਮੇਰੀ ਸੈਨ ਪਾਕਾਂ ਦੀ ਕਨੀਜ਼ ਜਿਹਦਾ ਅਹਿਸਾਨ ਦੁਨੀਆਂ ਦਾ ਕੋਈ ਸੈਦ ਲਾ ਨਹੀਂ ਸਕਦਾ ਜਨਾਬੇ ਫਿਜ਼ਾ ਮੰਜ਼ਰ ਡਿੱਠਾ ਹੈ ਤੇ ਤੁਰਦੀ ਹੋਈ ਉੱਥੇ ਆਈ ਹੈ ਜਿੱਥੇ ਵੱਡੀ ਸੈਨ ਮੁਸੱਲੇ ਤੇ ਬੈਠੀ ਆਈ ਉਹ ਲਾ ਕੇ ਆਦੀ ਸੈਨ ਮੁਬਾਰਕ ਉਹ ਵੀ ਫਿਜ਼ਾ ਕਈ ਗੱਲ ਦੀ ਮੁਬਾਰਕ ਤੇਰੇ ਪੁੱਤਰ ਬਹੁ ਸੋਹਣੇ ਵਧੇ ਲੱਗਦੇ ਨੇ ਬੀਬੀ ਆਦੀ ਇਹ ਤਿਆਰ ਕਰਕੇ ਬਹਿਰ ਮੈਂ ਟੋਰਨ ਬਹਿਰ ਵੰਜ ਕੇ ਸੋਹਣੇ ਕਿਵੇਂ ਹੋ ਗਏ ਉਸ ਲਈ ਮੇਰੀ ਸੈਣਾ ਦੀ ਤੇਰੇ ਪਿਓ ਦੇ ਮੋਢਿਆਂ ਤੇ ਸਵਾਰ ਹੈ ਤੇ ਤੇਰਾ ਬਾਬਾ ਮਦੀਨੇ ਵਾਲੀ ਅੰਤਰ ਵਧਾ ਕਰਿੰਦਾ ਹੈ ਆਦਾ ਵਧਾ ਸੱਜੇ ਮੋਢੇ ਤੇ ਹਸਨ ਹੈ ਖੱਬੇ ਤੇ ਹੁਸੈਨ ਹੈ ਤੂੰ ਹਾਏ ਨਹੀਂ ਕੀਤੀ ਢਾਹ ਨਿਕਲ ਗਈ ਹੈ ਵੱਡੀ ਸੈਣ ਦੀ ਤੇ ਰੋ ਕੇ ਆਦੀ ਹਾਏ ਫਿਜ਼ਾ ਸੱਚ ਦੱਸਾ ਗਰਮੀ ਜੋ ਹਾਈ ਮੇਰੇ ਬਾਬੇ ਨੂੰ ਪਸੀਨਾ ਤਾਂ ਨਹੀਂ ਲੱਥੇ ਮਿੰਬਰ ਦੀ ਕਸਮ ਪਸੀਨੇ ਦਾ ਨਾਮ ਆਉਣ ਆਈ ਜਾਂ ਬਤੂਲ ਤੋਂ ਹੁਜਰਾ ਛੁੱਟ ਗਿਆ ਅਲੀ ਦੇ ਹੁਜਰੇ ਤਾਈ ਔਖੀ ਆਈ ਪਹਿਲਾ ਵਹਿਣ ਕਰਕੇ ਮੇਰੀ ਸੈਣਾ ਦੀ ਯਾ ਅਲੀ ਤੇਰੀ ਜ਼ਿੰਦਗੀ ਚ ਬਤੂਲ ਪਈ ਰੋਂਦੀ ਅਲੀ ਤੂੰ ਹੁਜਰਾ ਛੁੱਟਾ ਹੈ ਮੇਰੀ ਜ਼ਿੰਦਗੀ ਚ ਕਹਿ ਰੁਆਈ ਤੇਰੇ ਪੁੱਤਰਾ ਯਾ ਅਲੀ ਖਿਆਲ ਕਰੇ ਕਾਇਨਾਤ ਚ ਹਰ ਮਾਂ ਨੂੰ ਪੁੱਤਰ ਪਿਆਰਾ ਹੈ ਤੇ ਮੈਨੂੰ ਬਾਬਾ ਪਿਆਰਾ ਹੈ ਤੂੰ ਤਾਂ ਜਾਣਨਾ ਜੇ ਮੇਰੇ ਬਾਬੇ ਦਾ ਪੁੱਤਰ ਕੋਈ ਨਹੀਂ ਮੈਂ ਹਿੱਕਾ ਦੀ ਮੇਰਾ ਬਾਬਾ ਜ਼ਈਫ ਹੈ ਤੇਰੇ ਪੁੱਤਰਾਂ ਨੂੰ ਚਾਈ ਵਧਾਏ ਮੇਰਾ ਬਾਬਾ ਥੱਕ ਪਿਆ ਹੋਸੀ ਮਨ ਪੁੱਤਰਾਂ ਨੂੰ ਲਹਾ ਅਲੀ ਮੌਲਾ ਦੇ ਚਿਹਰੇ ਤੇ ਜਲਾਲ ਆਏ ਉਸੇ ਗਲੀ ਦੇ ਦਰਵਾਜ਼ੇ ਤੇ ਅਲੀ ਮੌਲਾ ਰੁਕੇ ਜਿੱਥੇ ਚਾਈ ਆਂਦਾ ਈ ਨਬੀਆਂ ਦਾ ਸੁਲਤਾਨ ਕਦੀ ਮੂੰਹ ਚੁੰਮਦਾ ਹਸਨ ਦਾ ਕਦੀ ਮੂੰਹ ਚੁੰਮਦਾ ਮੌਲਾ ਹੁਸੈਨ ਦਾ ਤੇ ਪਿਆਰਾਂ ਦਾ ਕਰੇ ਯਾ ਹੁਸੈਨ ਦੀ ਪਈ ਅਜੀਦ ਬਾਬੇ ਦੇ ਚਿਹਰੇ ਤੇ
ते हुसैन नाने दी चुम्मी दाड़ी हकल मार के दा नाना ओ मेरा नबियां दा सुल्तान नाना नाना हुण मैं राजी आ हुण मैनू ला जा नाना मैं तेरा उधार लहै शाबाश शाबाश जिंदगी नाना जिहड़ा तू ला ला चाया ना नाना मैं तेरे नाल वादा करेंदा पिया एडा वड्डा उधार हुसैन दे सी मंगना भुल वै नबियां दा सुल्तान सोचिया जिहड़ा एडा खुश पिया आंदा ई अचानक क्यों आदा ला नबी अली दा चेहरा पड़िया चेहरे ते जलाल अमीर पुत्र नु लहाया गरीब नु इंज चाया जिवें कारी कुरान चेंदे नबियां दा सुल्तान टुरदो आ उठे आया है जिथे अली दे चेहरे ते जलाल है हुंजे तवज्जो मेरे आले पासे अली दे चेहरे ते जलाल आई थाई एक वैन सुनाना चाहना अहमद बख्श भट्टी मरहूम दे लिखो या बांदे जदन आया ना कोल ते जेड़ी नबी गल कीती है आखो तो वैन सुनावा नबियां दा सुल्तान आदा साडे और राज दे विच तू दखल ना दे ओ तकलीफ दा जट ने बवैसी ओ अजे अजमैन दा नाने को काल ना ना जा हर के पुर सादे अली दियां धीयां दी सुन्नत ते समझ आ गई ता है गल छोड़े यार कोई ठकरा पे या सहराजी हो इतनी मोहब्बत पुत्र दा मुंह चुम गया ना प्यार साडे और राज दे विच तू दखल ना दे ओ तकलीफ दा जट ने बवैसी ओ अजे अजमैन दा नाने को काल ना ना जा आए तां कर सकदा है ना मेरी सैन पुत्र नु आंदा वेख के कन कर गई है वत हुसैन सामने आए मेरी सैन कन कर गई वत हुसैन सामने आए मेरी सैन कन कर गई है कदमा ते हाथ ला गया दा अम्मा गर्मी बहु आई तुसा मेरे बाबे दे मोंडे दे सवार होयो मेरा बाबा थक पियो सी जदन आखे तुसा मेरे बाबे दे मोंडे हाजी शाजी वैन सुल्तान जाकरीन दा याद आ गया तुसा मेरे बाबे नु थकाया है मेरे बाबे नु पसीना लथोया है मेरा बाबा थक पियो सी हुसैन रु ना रो गया दे अम्मा जमाना ने दा उधार देवना है शाबाश शाबाश अजा मैं भिरा हसन उधार देवना है अम्मा तू जो उधार पे मंगदी है मैं वादा पे करे ना मैं तेरा उधार ही देसा अम्मा मैं उधार देसा किवें देसे उच्चर ना हुसैन तेरो क्या तेरी है कि है कहान तू अम्मा जहरा कुर्बान मने शबीरे ओ है कल
جنازے تے زندگی دراز میں بسم اللہ کراں سائیں راضی ہو گئی علی دیاں دیاں راضی نی تیری ہے کہ کہانی تو ہوا مالا قربان ونے شبیر اوے لالا چایا پیو تڑے تڑے بیوا چھنڑ پے ہن کر ماتا ملی دیاں دیاں چرو نہ درو کیا جائے ادو آوے
बाबे नाली कीता सवादा मैं तेरा उधार देसा। हुण करो सवाल सैयदादा हुसैन उधार किने दिता है। वादा है मेरे इमाम दा जो मैं तुहाडा उधार दरवाजे ते आए हकल मार के आदा हुसैन तेरा मां नाली वादा है, तेरा नाने नाली वादा है, तेरा भिरा हसन नाली वादा है, तेरा बाबे नाली वादा है, ते हुण मैं बीमार हो गई, हुण मैनूं इलाज दी जरूरत है। हुसैन दे हैं नाने दा दीन कितने एक बीमार है, आवाज आंदी है मैनूं एक बीमारी नहीं मैं ढेर सारा बीमार हाँ। लव सुने चज तक किसी अज मिंबर दी कसम है हुसैन आखे हैं इस्लाम दा साथ सही तैनूं पहली बीमारी कदा लगी है, तैनूं पहली बीमारी कदा लगी है, दीन रो क्या दा पहली बीमारी मैनूं उदा लगी है जदा तेरे नाने दे जनाजे दे विच कुल सत बंदे आ बतूल रावे दी रही आई ते पर जावणी कोई नहीं आया हाय नाने दा दीन दूजी बीमारी कदा लगी आवाज आंदी दूजी बीमारी मैनूं उदा लगी है जदा तेरी मां दरबार च खाली वली उदन मैं हद तू कमजोर हो गया जदा तेरी मां ते मुसलमाना जल्द होया दरवाजा ते तेरी मां दरवाजे दे तलो रो के दे या अली मेरा मोहसिन शहीद हो शाबाश 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 जिंदगी दा एक मंजर होर बना या अली मेरा मोहसिन शहीद हो गए बस इस्लाम इतना कि मारा दा नहीं मौला मैं ढेर बीमार हां त्रीजी बीमारी कदा लगी है इस्लाम रो के दे शबीर त्रीजी बीमारी मैनू उदा लगी है जदा गूफे दी मस्जिद तेरे बाबे अली नो जरब लगी शाबाश तेरिया भेण रोंदिया रहिया 21 रमजान में यतीम होया तेरिया भेण ते मैनू बीमारी लग गई बस इस्लाम आदा नहीं मैं इस तो भी ज्यादा बीमार इस्लाम चौथी बीमारी कदा लगी आदा चौथी ते आखरी बीमारी उदा लगी है जदा मदीना मोहम्मद आई हसन दा जनाजा गली च आया ते 71 तीर जनाजे च लग गए बिस्मिल्लाह करां मैं बिस्मिल्लाह करां भैणा बिराद जनाजे च तीर कठे ए मुकद्दर अली दी थी दा एक अमीर भिरा एक गरीब भिरा सदाई सदाम भाई एक दे जनाजे च तीर कढे एक दी पहचाने च तीर कढिया मुकानी अजादारो जेनु नबी अमीर सदेंदाई ओदा कफन चा के नाने दी कबर ते आई है मातमी अजादारो नाने दी कबर ने गल अल्लाह के दी नाना पूछे नाइया तू दा दा हुसैन गरीब है हसन अमीर है नाना कबर तो बहरा के जवाब दे अमीरा दे कफन दे रंग इवे होंदे जनाजा चढ़दा इंज दिठै दसा मेरे गरीब भिरा दी केड़ी हालत हो रही है कबर फट गई है नबियां दा सुल्तान कमर तई बाहर आए ओ वतन आलो मिंबर दी कसम रुन्ना है ते रो के धी दे सर ते हथ रख के आदा मुबारक होवी अमीर भिरा दा जनाजा दिठै भावे तीरा च जेनो मैं गरीब सडे ना ओदा जनाजा कोई नहीं होवना ओदी लाश ते घोड़े फट शाबाश शाबाश तैयारी करन वाली दीयां दीयां राजियां मौला मैं हुण हद तू ढेर कमजोर हो मैं बहु बीमार हां
میں کمزور ہو چکا نبی حسین کیا ہے نانے دا دین گھبرا نہیں تو جتنا ایک بیمار ہے نا اس تو بڑا حکیم میں حسین ہوں تو ایڈا بیمار نہیں جیڈا بڑا میں حکیم ہوں آواز آدھی ہے مولا ڈسا سکتا ہے تو جو نانے دا قرضہ دے منا ہے ماں دا قرضہ دے منا ہے حسن بھرا دا قرضہ دے منا ہے بابے دا قرضہ دے منا ہے تے بچاونا تو میں دین نوئے ڈسا سکتا ہے میں جو ایڈا وڈا بیمار ہاں میرے بیماری دے نقصے کڑے کڑے بزرگان دا لکھو ایک باندے وہ میں نو یاد آگے جدن آکھا نا میرے واسطے نقصے کڑے کڑے حسین نانے دا دین نو تسلی دیتی نانے دا دین گھبرا نہیں میں تیرا علاج کرے سا رنہ حسین رو گدائے تو فکر نہ کر میں کوشش کر دا او دے سیراب دی ذات شفائے او تے گجلنا پوسیا نال میں دے ویج کار بال دے سائے بسم اللہ کرا بسم اللہ او تے گجلنا پوسیا نال میں دے ویج کار بال دے کینے بندائی مکانی ازداروں اسلام پہلا سوال کی تا حسین نقصے جڈس نیڈسا کتنی کتنی محنت نقصن کتنے کتنی محنت نقصن اچھا رنائت رو کیا تا ایک قیمتی نقصن وقال مدے جیڑا تھی ای تیار پشید اے محنت سال اٹھارہ دی احسان بطول دی ایک نقصائی بطری کتنے سالان دا بولو یار بطری وہ سالان دا جے کوا دیر پوتر علی دا اوہ ایک نقصائی کل چھے مادا جڑا آسرا ہے بسم اللہ کرا ایک نقصائی بطری آئے وہ سالہ دیا جے کوا در پوتر علی دا وہ ایک نقصائی کول چھے مادا جیڑا آسرا ہے آیا میری سین رباب بسم اللہ کرا ایک نقصائی گھبرا نہیں میں تیرا علاج کرے سا میری نسل مک گئی میں تیرا علاج کرے سا اللہ داروں ممبر دی قسم دین ڈر گیا حسین روندہ روندہ گھر جائے موسم دی شائع میں تیاری کھلا پڑنا ممبر دی زدی قسم حسین روندہ روندہ گھر جائے بھین بھیران روندہ نٹھ اچھا رنیت رو گیا دیا کیا ہوں وقت نہیں اٹھے وہ جاس ودائے کائی بھین گھر
چو ماتمی ازدارا ممبر گوائی آئے چاچے دی گال سنی نے کسی دا دین تے لگا کچھ نہیں کسی دی بھین دا برکہ لگ گئے زندگی دراز ہوئے میں بسم اللہ کران مکانی ازداروں بھین جو پوچھے آئے بیراد اساروں دا کیوں آواز آن دی نانے دا دین بیمار ہے خرچہ جیرے میں غریب آن بھین بیراد گالج بھائی باگ دے گھبرا نہیں آدھ میں دے سا گھبرا نہیں آد میں دے سا دسا سکتا ہے یہ لفظ ہے دسا سکتا ہے جو خرچہ کتنا ہے اچھا رو میں حسین رو کیا تھا بیمار اسلام دی وہ میں نبال دی تھی آنکھ لیلا دا سرداج او دے بدن دے ویچ کمزوری ہے او دا وائد خون ہے اسلام اپنی وہ مرض کتے مومنہ دو چیزاں دا موت آجے انہیں حسین درو کیا دا بھین کے کران ایک چادر پیڑی منگدہ ہے دو جا دی گبرہ دا آئے بسم اللہ کران میں بسم اللہ کرا اسلام اپنی وہ مرض کتے ہو دو چیزیں دا موت آجے او ایک چادر تیری منگدا ہے دو جا تھی گمرا دا زندگی دراز ہوئے ایک بید گالج بہی پائیں حسینہ دے بھین خرچہ ڈھیرے کہ میں غریب ہوں بی بی آدھے توں گھبرا نہیں رو کیا دی آدھ میں دے سانج میں اکبر دے پالا نالی ماں صدقے 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 اتھائی مزرگ زاکر ایک باند پڑھ دے ہوں حجی شوکت صاحب وہ وین پیا پڑھ دے جدہ بھین بھیرا مشورہ کیتا ہے بزرگا کلام جائیے گھار بہ گئے دور دے جو کتا ہی لکھا بھین بھیرائے او دس کتنا خرچہ دین دے ہو سی میں کو لکھ دے چان ماتم کرو جنے مزہ بیٹھا دے گا صدقے 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 او دس کتنا خرچہ دین دے ہو سی میں کو لکھ دے ہاتھ کم گئے ہنسوا وہ جدا لکھن لگائی شاہ بھین دی پاکر جائے بی بی آجے گھبرا نہیں میری لیکھ پیشی او دربار دی ویرون جی میں بچ دائی لی یا حسین بسم اللہ کرام میں ہر مجلس جمینات کرے نرانا علی اکبر تیرو نرو تیری اپنی مرضی کسے شہادہ تیرو نرو تیری اپنی مرضی منات کرے نا جدا برکے دیگار کوئی بالی کرے بیتا شرنا کاری برکا تہا حسین یا صابر اکبر دیلا چاہ کے عمر ساتھ خیمے دیکھو لائے اور رو کیا دا جے میں نو بھین دی چادر دی زمانت دے میں اکبر دا قتل چھڑے لائے صدقے صدقے ہاتھ کب گیا ہنسوا وہ جگہ لکھن لگائی شاہ بھیڑ دی پاکر دائے بی بی آدھے گھبرا نہیں میری لیکھ پیشی آئے او دربار دیر اور جی میں بچ دائی دیر یا حسین آواز آدھے گھر میاد دی بھائی والا آواز آدھے گھبرا میں نہیں
استاد اور یہ آ گئے انتظار ہے مہربانی ہاں مومنی حضرات اعلان سماعت فرما لو کہاں تیری میری سائن پاکاں دی کنیز جہاں دا احسان دنیا دا کوئی سید لا نہیں سکدا جناب فضا منظر ڈٹھا ہے تے ترودی ہوئی اٹھے آئی ہے جتھے وڈی سائن مصلے تے بیٹھی آئی او لا کے دی سائن مبارک ہووی فضا کئی گل دی مبارک تیرے پوتر بہو سونے ودے لگدے نے بی بی ادی تیار کر کے باہر میں ٹورن باہر ون کے سونے کیویں ہو گئے اس لیے میری سینا دی تیرے پیو دے مونڈیا دے سوار ہیں تے تیرا بابا مدینے علی انتار ودا کریں دے آدا ودا سجے مونڈے تے حسن ہے کھپے تے حسین ہے تو ہائی نہیں کی تھی دا نکل گئی ہے وڈی سین دی ترو کیا دی ہائیں فضا سچ دسا گرمی جو ہائی میرے بابے نو پسینہ تا نہیں لت شاباش 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 اللہ دل کی کری بھائی چل کہیں تو کتنا روئے گرمی جو ہائی میرے ضعیف بابے نو پسینہ تا نہیں لت ہویا ہاں سین لت ہویا ہی پسینہ وطن والے منبر دی قسم ہے پسینے دا نام آون آئی یا بتول تو حجرا چھٹ گیا علی دے حجرے تائیں اوکھی آئی پہلا وین کر کے میری سینا دی یا علی تیری زندگی اچ بتول پئی روندی علی تو حجرا چھٹا ہے میری زندگی اچ کہیں روائی تیرے پتراں یا علی خیال کریں کائنات اچ ہر ماں نو پتر پیارا ہے تے مینو بابا پیارا ہے تو تا جاننا ہے جی میرے بابے دا پتر کوئی نہیں میں ہکا دی میرا بابا ضعیف ہے تیرے پتراں نو چاہی ودے میرا بابا تھک پیا ہوسی من پتراں نو لہا علی مولا دے چہرے تے جلال آئے اسے گلی دے دروازے تے علی مولا رکن جتھے چاہی آندا ہی نبی آندا سلطان کدی منہ چمدا ہے حسن دا کدی منہ چمدا ہے مولا حسین دا تے پیار آندا کریں دے یا حسین دی پئی عدید بابے دے چہرے تے حسین نانے دی چمی داڑی حقل مار کے دا نانا او میرا نبیان دا سلطان نانا نانا ہون میں راضیاں ہون میں نو لاچا نانا میں تیرا ادھار لہے شاباش شاباش زندگی تیرا نانا جڑا تو لاچا ہے نا نانا میں تیرے نال وعدہ کریں دا پیاں ایڈا بڑا ادھار حسین دے سی منگنا بھولو ایسے نبی اندر سلطان سوچیا جڑا ایڈا خوش پیان دائی اچانک کیوں آدھا اللہ نبی علی دا چہرہ پڑھے آئے چہرے تے جلال امیر پتر نو لہایا غریب نو انج چاہیا جی میں کاری قرآن چیند نبی اندر سلطان ٹردویا اٹھے آیا ہے جتھے علی دے چہرے تے جلال ہے ہون جنی توجہ میرے علی پاسے علی دے چہرے تے جلال ہے تھائیں ایک وائن سنانا چاہنا آمد باق بھٹی مرحوم دے لکھویا باندے جدن آیا نا کول کہ جیڑی نبی گل کی تھی ہے آنکھوں کا وائن سنانا نبی اندر سلطان آدھا سادے اور راز دے ویچ توں دخال نہ دے او تکلیف دا جد نے بویسی او آج ایز میں دائے نانے کو کال نانا جا حرد پور سادے علی دیا دیا دی سننا تے سمجھا بھی تا ہے کان چھوڑیں یار سادے راز دے ویچ تو دخال نہ دے تکلیف دا جھٹنے بویسی او آج ایز میں دا نانے کو کال نانا جا ہرد ماتم دا برسالی دیا دیا دی سنا تے سین آلی ہوئی ہیڑ چار دیا رے وہ خوشیاں دے اتھو ٹور وجنائی پردیسی اور رو آئے جے کمائے آج مارتے چاہی وطنا اے دی لاش نہ کوئی دفع با بھائی ما زندگی میں کوئی تھکرا پہ یا سہرازیو اتنی محبت پتر
شریف دا جد نے بویسی او اج ازمائن دا نانے کو کال نانا چا آئے تا کر سکتا ہے نا امیر بندہ جائے جائیں ہائے نہیں کی دیا بس دے رہو بھائی شالہ کہیں دوکھے جنا رہو میں دعا منگی کرو شالہ نکے بال دی ماں نراز ہو نانے تے دوترے دی محبت حسین زمین تے آئے ماں دے خیمے جائے مکانی عزداروں میری سین پتر نواندہ ویک کے کن کر گئی ہے وط حسین سامنے آئے میری سین کن کر گئی ہے وط حسین سامنے آئے میری سین کن کر گئی ہے قدمہ دیاد لاغ گیا دے اما میڈے نال کیوں نرازے شاباش جڑے بیڑے بیڑ دے رومن دے آشک بیٹھو اما میڈے نال کیوں نرازے آواز آندی ہے حسین میرا ضعیف بابا ہی تک اچائی وطے ہے میرا بابا تھک پہ اسی گرمی بہوں آئی تُسا میرے بابے دے مونے دے سوار ہوئے ہو میرے بابا تھک پہ اسی جدنا کہ تُسا میرے بابے دے مونے دے حریشہ جی وین سلطان و زاکرین دے یاد آگئے تُسا میرے بابے نو تھکایا ہے میرے بابے نو پسینہ لتھویا ہے میرا بابا تھک پہ اسی حسین رنہ رو گیا دے اممہ آج منانے دا ادھار دے منائے شاباس آجا میں بھیرا حسن دو دھار دے منائے اممہ تو جو دھار پہ منگ دیئے موادہ پہ کرے نام تیرا ادھار دے سا اممہ میں ادھار دے سا کی میں دے سے اچھرنا حسین ترو گیا دے تیری ہے کہ ہے کہاں جو تو زندگی دراز میں بسم اللہ کرا سین راضی ہوگی علی دیاں دیاں راضی ہوگی تیری ہے کہ ہے کہاں جتو واما لہرا قربان منے شبیرے اوہ ایک لالا چایا پیو تیڑے تیڑے بیوا چلوڑ پر ان کا ماتم علی دیاں دیاں بینہ ویدی رہیاں تے بھیرانو تیر لگ دے رہے دھی ویدی رہی تے پیو کچھ دارے آتر ونیا میں وہ بیچ کر بال دے ہو میں کلان نا دے سنی تیرے اے اجرت ہے تیرے روان دینا سرالی ہے ماتمی ماتم کرے بسم اللہ کرام
ایک منٹ پہ بنی آمن بھائی زندگی دراز ہوئے حسین ماں دے قدمہ کلمہ کیا دے ماں ہون معافی منگ دا اجائی نت نراز ہے تو وقت میں ادھار دے سا آواز آن دے کتنی قیمت دے سا جدہ قیمت نام آئے ایک مین یاد آگئے بسم اللہ کرا کتنا ایک ادھار دے سکتا ہے حسین جدہ ناکھے اما ہر کوئی غریب سمجھے اما تیڑا حق نہیں بڑھنا آئے میرا اللہ کہ میں گناہ نہیں غریب سجے آئے میں کو بابے ہی غریب سجے اما تو ہی غریب پہ سجے نہیں ہے اما آتے کو میں دسا ماما تیرا ادھار کی میں دیسا اچھا رنی ادھرو کے رو اچھا رنی ادھرو کیا دائے ادھو آمیں تو کر بلے بچے حسین دی مظلوم میں نہ کرم بسم اللہ کرا سین راضی ہوئی ماں دے قدمہ دے جھکویا کلمار کیا دے اممہ میں نو نانے غریب سمجھائے اممہ نانے یاد ہے حسن امیرے حسین تو غریبے اممہ میں کو بابے غریب سدے اممہ وطن دے بائے کے تیرا حق نہیں بڑھ دے اممہ تو ہی غریب سمجھائے اچھا رنائے ترو کیا دے ادھو آمے میرے امام ماں نال وعدہ کیتے اماں میں تیرا ادھار دے سا نان نالی وعدہ کیتے اماں میں تیرا ادھار دے سا ویران نالی وعدہ کیتے ویر حسن میں تیرا ادھار دے سا بابے نالی کیتے سوادہ میں تیرا ادھار دے سا ہر کرو سوال سیدادہ حسین ادھار کی میں دیتے وعدہ ہائی میرے امام دا جو میں تو اڈا ادھار دیسا ماتمی ازادار ادھار وقت حسین اینج دیتا ہے اینج دیتا ہے ادھار مکانی ازادار دین اینج رنگ لایا حسین آج تین دین دعا ودا کرے دین روندو یا حسین دروازے پہ آئے حکل مار کیا دا حسین تیرا ماں نالی وعدہ ہے تیرا نانے نالی وعدہ ہے تیرا بھرا حسن نالی وعدہ ہے تیرا بابے نالی وعدہ ہے تے ہون میں بیمار ہوگی ہون میں نو علاج دی ضرورت ہے حسین آدھے ہائیں نانے دا دین کتنے ایک بیمار ہیں آواز آن دیئے میں نو ایک بیماری نہیں میں ڈھیر سارا بیمار ہوں لاب سنے چاہتا کسی آجی ممبر دی قسم میں حسین آکے ہائیں سلام دا ساتھ سہی تینوں پہلی بیماری قدر لگی ہے تینوں پہلی بیماری کدھا لگیئے دین روکیا دا پہلی بیماری میں نو ادھا لگیئے جدا تیرے نانے دے جناز دے ویچ کول سات بندے آن بطول راوے دی رہی آئی تے پر جامنی کوئی نہیں آیا ہائیں نانے دا دین دو جھی بیماری کدھا لگی آوازان دے دو جھی بیماری میں نو ادھا لگیئے جدا تیری مادر بار جو خالی ولی
ਉਦਣ ਮੈਂ ਹੱਦ ਤੂੰ ਕਮਜ਼ੋਰ ਹੋ ਗਿਆ ਜਿਹਦਾ ਤੇਰੀ ਮਾਂ ਤੇ ਮੁਸਲਮਾਨਾ ਜਲਦਾ ਹੋਇਆ ਦਰਵਾਜ਼ਾ ਤੇ ਤੇਰੀ ਮਾਂ ਦਰਵਾਜ਼ੇ ਦੇ ਥੱਲੋਂ ਰੋ ਕੇ ਦੇ ਯਾ ਅਲੀ ਮੇਰਾ ਮੌਸਨ ਸ਼ਹੀਦ ਹੋ ਗਿਆ। ਸ਼ਾਬਾਸ਼ 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 ਜ਼ਿੰਦਗੀ ਦਾ ਇੱਕ ਮੰਜ਼ਰ ਹੋਰ ਬਣਾ ਯਾ ਅਲੀ ਮੇਰਾ ਮੌਸਨ ਸ਼ਹੀਦ ਹੋ ਗਿਆ। ਬਸ ਇਸਲਾਮ ਇਤਨਾ ਬਿਮਾਰ ਦਾ ਨਹੀਂ ਮੌਲਾ ਮੈਂ ਢੇਰ ਬਿਮਾਰ ਹਾਂ। ਤ੍ਰੀਜੀ ਬਿਮਾਰੀ ਕਦੋਂ ਲੱਗੀ ਹੈ ਇਸਲਾਮ ਰੋ ਕੇ ਦਾ ਸ਼ਬੀਰ ਤ੍ਰੀਜੀ ਬਿਮਾਰੀ ਮੈਨੂੰ ਉਦਾਂ ਲੱਗੀ ਹੈ ਜਦਾਂ ਗੂਫੇ ਦੀ ਮਸਜਿਦ ਤੇਰੇ ਬਾਬੇ ਅਲੀ ਨੂੰ ਜ਼ਰਬ ਲੱਗੀ। ਸ਼ਾਬਾਸ਼ ਤੇਰੀਆਂ ਭੈਣਾਂ ਰੋਂਦੀਆਂ ਰਹੀਆਂ ਰਮਜ਼ਾਨ ਯਤੀਮ ਹੋਈਆਂ ਤੇਰੀਆਂ ਭੈਣਾਂ ਤੇ ਮੈਨੂੰ ਬਿਮਾਰੀ ਲੱਗ ਗਈ। ਬਸ ਇਸਲਾਮ ਵਾਲਾ ਨਹੀਂ ਮੈਂ ਇਸ ਤੋਂ ਵੀ ਜ਼ਿਆਦਾ ਬਿਮਾਰ ਹੈ ਇਸਲਾਮ। ਚੌਥੀ ਬਿਮਾਰੀ ਕਦੋਂ ਲੱਗੀ ਆ ਤਾਂ ਚੌਥੀ ਤੇ ਆਖਰੀ ਬਿਮਾਰੀ ਉਹਦਾ ਲੱਗੀ ਏ ਜਦੋਂ ਮਦੀਨਾ ਮੁਹੰਮਦ ਆਈ ਹਸਨ ਦਾ ਜਨਾਜ਼ਾ ਗਲੀਏ ਚ ਆਇਆ ਤੇ 71 ਤੀਰ ਜਨਾਜ਼ੇ ਚ ਲੱਗ ਗਏ। ਬਿਸਮਿਲ੍ਲਾ ਕਰਾਂ ਮੈਂ ਬਿਸਮਿਲ੍ਲਾ ਕਰਾਂ ਭੈਣਾ ਜਿਰਾਦ ਜਨਾਜ਼ੇ ਚ ਤੀਰ ਕੱਢੇ ਨਬੀ ਅਮੀਰ ਸਦੇ ਲਈ ਉਹਦਾ ਕਫਨ ਚਾਹ ਕੇ ਨਾਨੇ ਦੀ ਕਬਰ ਤੇ ਆਈ ਹੈ ਮਾਦਮੀ ਅਜ਼ਾਦਾਰੋ ਨਾਨੇ ਦੀ ਕਬਰ ਨੂੰ ਗੱਲ ਨਾਲ ਲਾ ਕੇ ਆਦੀ ਨਾਨਾ ਪੁੱਛਣ ਆਈਆਂ ਤੂੰ ਦਾਦ ਹੈ ਹੁਸੈਨ ਗਰੀਬ ਹਸਨ ਅਮੀਰ ਨਾਨਾ ਕਬਰ ਤੋਂ ਬਾਹਰ ਆ ਕੇ ਜਵਾਬ ਦੇ ਅਮੀਰਾਂ ਦੇ ਕਫਨ ਦੇ ਰੰਗ ਇਵੇਂ ਹੁੰਦੇ। ਸ਼ਾਬਾਸ਼ ਹੁਣ ਜੁੜਿਓ ਅਲੀ ਦੀਆਂ ਦੀਆਂ ਰਾਜ਼ੀ ਹੁੰਦੀ ਅਮੀਰਾਂ ਦੇ ਕਫਨ ਦੇ ਰੰਗ ਇਵੇਂ ਹੁੰਦੇ। ਨਾਨਾ ਮੈਂ ਪੁੱਛਣੀ ਉਹ ਆਈਆਂ ਮੇਰੇ ਜੀ ਦੋ ਭਰਾ ਹਨ ਇੱਕ ਅਮੀਰ ਆਈ ਇੱਕ ਗਰੀਬ ਆਈ। ਅਮੀਰ ਦਾ ਨਾਂ ਹਸਨ ਏ ਗਰੀਬ ਦਾ ਨਾਂ ਹੁਸੈਨ ਏ। ਨਾਨਾ ਜੇ ਮੈਂ ਅਮੀਰ ਭਰਾ ਦਾ ਜਨਾਜ਼ਾ ਚੜਦਾ ਇੰਜ ਡਿੱਠਾ ਏ ਦੱਸਾਂ ਮੇਰੇ ਗਰੀਬ ਭਰਾ ਦੀ ਕਿਹੜੀ ਹਾਲਤ ਹੋ ਰਹੀ ਏ। ਕਬਰ ਫਟ ਗਈ ਏ ਨਬੀਆਂ ਦਾ ਸੁਲਤਾਨ ਕਮਰ ਤੇ ਬਾਹਰ ਆਏ ਔਰਤ ਨਾਲ ਮਿੰਬਰ ਦੀ ਕਸਮ ਏ ਰੁਣਾ ਏ ਤੇ ਰੋ ਕੇ ਧੀ ਦੇ ਸਰ ਤੇ ਹੱਥ ਰੱਖ ਕੇ ਆਦਾ ਮੁਬਾਰਕ ਹੋਵੀ ਅਮੀਰ ਭਰਾ ਦਾ ਜਨਾਜ਼ਾ ਤਾਂ ਡਿੱਠਾ ਹੀ ਭਾਵੇਂ ਤੀਰਾਂ ਚ ਜਿਹਨੂੰ ਮੈਂ ਗਰੀਬ ਸਦੇ ਨਾ ਉਹਦਾ ਜਨਾਜ਼ਾ ਕੋਈ ਨਹੀਂ ਹੋਣਾ ਉਹਦੀ ਲਾਸ਼ ਤੇ ਘੋੜੇ ਭੱਜ। ਸ਼ਾਬਾਸ਼ ਸ਼ਾਬਾਸ਼ ਤਿਆਰੀ ਕਰਨ ਵਾਲੀ ਦੀਆਂ ਦੀਆਂ ਰਾਜ਼ੀ ਮੌਲਾ ਮੈਂ ਹੁਣ ਹੱਦ ਤੂੰ ਢੇਰ ਕਮਜ਼ੋਰ ਹੋ ਗਿਆ ਮੈਂ ਬਹੁਤ ਬਿਮਾਰ ਹਾਂ ਮੈਂ ਕਮਜ਼ੋਰ ਹੋ ਚੁੱਕਾ। ਨਬੀਆਂ ਦੇ ਹੁਸੈਨ ਆਖਿਆ ਨਾਨੇ ਦਾ ਦੀਨ ਘਬਰਾ ਨਹੀਂ ਤੂੰ ਜਿਤਨਾ ਇੱਕ ਬਿਮਾਰ ਹੈ ਨਾ ਉਸ ਤੋਂ ਵੱਡਾ ਹਕੀਮ ਮੈਂ ਹੁਸੈਨ ਹਾਂ ਤੂੰ ਏਡਾ ਬਿਮਾਰ ਨਹੀਂ ਜਿਹੜਾ ਵੱਡਾ ਮੈਂ ਹਕੀਮ ਹਾਂ। ਆਵਾਜ਼ ਆਉਂਦੀ ਹੈ ਮੌਲਾ ਦੱਸਾ ਸਕਦਾ ਕੁਝ ਨਾਨੇ ਦਾ ਕਰਜ਼ਾ ਦੇਵਣਾ ਹੈ ਮਾਂ ਦਾ ਕਰਜ਼ਾ ਦੇਵਣਾ ਹੈ ਹਸਨ ਭਰਾ ਦਾ ਕਰਜ਼ਾ ਦੇਵਣਾ ਹੈ ਬਾਬੇ ਦਾ ਕਰਜ਼ਾ ਦੇਵਣਾ ਤੇ ਬਚਾਵਣਾ ਤੋਂ ਮੈਂ ਦੀਨ ਨੂੰ ਹੈ ਦੱਸਾ ਸਕਦਾ ਮੈਂ ਜੋ ਏਡਾ ਵੱਡਾ ਬਿਮਾਰ ਹਾਂ ਮੇਰੇ ਬਿਮਾਰੀ ਦੇ ਨੁਸਖੇ ਕਿਹੜੇ ਕਿਹੜੇ। ਬਜ਼ੁਰਗਾਂ ਦਾ ਲਿਖਿਓ ਇੱਕ ਬੰਦੇ ਉਹ ਮੈਨੂੰ ਯਾਦ ਆ ਗਏ ਜਦੋਂ ਆਖਾਂ ਨਾ ਮੇਰੇ ਵਾਸਤੇ ਨੁਕਸੇ ਕਿਹੜੇ ਕਿਹੜੇ। ਹੁਸੈਨ ਨਾਨੇ ਦੇ ਦੀਨ ਨੂੰ ਤਸੱਲੀ ਦਿੱਤੀ ਨਾਨੇ ਦਾ ਦੀਨ ਘਬਰਾ ਨਹੀਂ ਮੈਂ ਤੇਰਾ ਇਲਾਜ ਕਰੇ ਸਾਂ। ਰੁਨਾ ਹੁਸੈਨ ਉਹ ਗਦਾ ਏ ਤੂੰ ਫਿਕਰ ਨਾ ਕਰ ਮੈਂ ਕੋਸ਼ਿਸ਼ ਕਰਦਾ ਉਹ ਦੇ ਸੀ ਰੱਬ ਦੀ ਜ਼ਾਤ ਸ਼ਿਫਾਏ ਉਹ ਤੇ ਗੁਜਰਨਾ ਪੋਸੀਆ ਨਾਲ ਮੇਰੇ ਵਿੱਚ ਕਰ ਬਲ ਦੇ ਸੈ ਗੁਜਰਨਾ ਪੋਸੀਆ ਨਾਲ ਮੇਰੇ ਵਿੱਚ ਕਰ ਬਲ ਦੇ ਸੈ ਇਸਲਾਮ ਪਹਿਲਾ ਸਵਾਲ ਕੀਤਾ ਹੁਸੈਨ ਨੁਕਸੇ ਜੀ ਦੱਸਣੀ ਦੱਸਾ ਕਿਤਨੀ ਕਿਤਨੀ ਮਿਹਨਤ ਦੇ ਨੁਕਸਨ ਕਿਤਨੇ ਕਿਤਨੀ ਮਿਹਨਤ ਦੇ ਨੁਕਸਨ ਉੱਚਾ ਰੁਣਾ ਇਧਰੋਂ ਕਿਹਾ ਦਾ ਹੇਕ ਕੀਮਤੀ ਸਾਲ 18 ਦੀ ਐਸ
اوپر بیٹھے ہو ایک نقشائی بطری کتنے سالاں دا بولو یار بطری او سالاں دا بسملہ کرا ایک نقشائی بطری آئے وہ سالا دیا جے قوادر پوتر علی دا وہ ایک نقشائی کول چھے مادا جیڑا آسرا ہے اب آیا میری سین رباب بسملہ کرا ایک نقشائی گھبرا نہیں میں تیرا علاج کرے سا میری نسل مک گئی میں تیرا علاج کرے سا اللہ دار منبر دی قسم دین ڈر گیا حسین روندا روندا گھر جائے حسین روندا روندا گھر جائے بھین بھران روندا نٹھ اچا رونی رو گیا دیا کیوں وتا نہیں اٹھے چاچے دی گل سنی نے کسے دا دین تے لگا کچھ نہیں کسے دی بہن دا برقع لگ گئے زندگی دراز ہوئے میں بسم اللہ کراں داروں بہن جو پوچھے فراڈ ساروں دا کیوں آواز آندی نانے دا دین بیمار خرچہ جے دے میں غریب بہن براد گل جبائی باگ دے گھبرا نہیں آج میں دے سا گھبرا نہیں آج میں دے سا دسا سکدا ہے یہ لفظ دسا سکدا ہے جو خرچہ کتنا ہے اچا رونا حسین رو کیا دا بیمار اسلام دی منگدا ہے تجھا دی گمراہ
دار دے نوکر ہاں میں بسم اللہ کراں اسلام اپنی وہ مرض کتے آیا ایک بے دے گل چ بہی پائی حسین دے بھی خرچہ ڈھیرے تے میں غریب ہاں بی بی ا دی تو گھبرا نہیں رو کے ا دی یاد میں دے سانج میں اکبر دے پالن علی ماں صدقے 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 اتھائی بزرگ ذاکر ایک بند پڑھ دے ہوندے حاجی شوکت صاحب وہ وین پیا پڑھدا جداں بھین بھرا مشورہ کیتا ہے بزرگا قلم جائیے گھر بہ کے دور دے وچ وہ کیتا ہی لکھا بھیڑ بھرائے او دس کتنا خرچہ دین تے ہو سی میں کو لکھ دے جان ماتم کرو جے نے مزہ بیٹھا دے گا صدقے 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 او دس کتنا خرچہ دین تے ہو سی میں کو لکھ دے ہاتھ کم گئے ہنسو وہ جدا لکھن لگائی شاہ بھین دی پاک رضائے بی بی اج گھبرا نہیں میری لکھ پیشی ہاں او دربار دی ویرون جی میں بچدا ایلی یا حسین ارے ماتم کرے علی دی انیاں رات ہاتھ کم گیا یا میں بسم اللہ کرا میں بسم اللہ کرا میں ہر مجلس وچ منت کرے نارانا علی اکبر تیرو نہ رو تیری اپنی مرضی کسے شہادت تیرو نہ رو تیری اپنی مرضی منت کرے نا جدا برکے دی گل کوئی بال کرے بے تا شر نہ کریو برکا تہا حسین یا صابر اکبر دی لا جا کے عمر صاحب خیمے دے کول آئے اور رو کے آدا جے مینوں بھین دی چادر دی ضمانت دے وے میں اکبر دا قتل چھڑے صدقے صدقے ہاتھ کم گیا